ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਲੋਕ ਸਭਾ ਹਲਕਾ ਜਲੰਧਰ ਤੋਂ ਚੌਧਰੀ ਸੰਤੋਖ ਸਿੰਘ ਦੀ ਹੋਈ ਜਿੱਤ ਦੀ ਖੁਸ਼ੀ ਵਿੱਚ ਪਿੰਡ ਰੂਪੋਵਾਲ ਵਿਖੇ ਸਾਬਕਾ ਸਰਪੰਚ ਤਲਜੀਤ ਸਿੰਘ ਢੇਸੀ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ। ਇਸ ਮੌਕੇ ਕਾਂਗਰਸੀ ਆਗੂਆਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਇਸ ਖੁਸ਼ੀ ਨੂੰ ਸਾਂਝਾ ਕੀਤਾ। ਇਸ ਮੌਕੇ ਸਾਬਕਾ ਸਰਪੰਚ ਤਲਜੀਤ ਸਿੰਘ ਢੇਸੀ ਨੇ ਜਿੱਥੇ ਵੋਟਰਾਂ ਦਾ ਧੰਨਵਾਦ ਕੀਤਾ, ਉੱਥੇ ਉਹਨਾਂ ਚੌਧਰੀ ਸੰਤੋਖ ਸਿੰਘ ਨੂੰ ਜਿੱਤ ਦੀ ਵਧਾਈ ਵੀ ਦਿੱਤੀ। ਇਸ ਮੌਕੇ ਸਾਬਕਾ ਸਰਪੰਚ ਤਲਜੀਤ ਸਿੰਘ ਢੇਸੀ, ਮਨਵੀਰ ਸਿੰਘ, ਸੋਮਪਾਲ, ਨਛੱਤਰ ਮੈਮੀ, ਕੇਵਲ ਸਿੰਘ, ਰੇਸ਼ਮੋ ਪੰਚ, ਰੇਸ਼ਮ ਕੌਰ, ਬਲਿਹਾਰ ਮੈਮੀ, ਪਰਮਿੰਦਰ ਰਾਮ, ਵਰਿੰਦਰ ਸਿੰਘ, ਸਤਨਾਮ ਸਿੰਘ, ਬਲਵੀਰ, ਤਰਸੇਮ ਲਾਲ, ਸ਼ਿੰਗਾਰਾ ਮਹਿਮੀ, ਸਨੀ ਬ੍ਰਿਜਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਸਾਰੇ ਵਰਕਰਾਂ ਦਾ, ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਔਰ ਚੌਰੀ ਸਾਹਿਬ ਨੂੰ ਵੋਟਾਂ 'ਤੇ ਜਿਤਾਇਆ। ਬਾਕੀ ਆਪਣੇ ਬੀਬੀ ਰੇਸ਼ਮੋ, ਮੈਂਬਰ ਪੰਚਾਇਤ ਰੇਸ਼ਮ ਕੌਰ ਅਤੇ ਉਹ ਲੜਕੀ ਪਾਪਾ ਹੀ, ਇਹਨਾਂ ਦਾ, ਇਹਨਾਂ ਦੇ ਯੋਗਦਾਨ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦਾ, ਕਿਉਂਕਿ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਉਨੀ ਮੇਰੇ ਖਿਆਲ ਸਾਡੇ ਤੋਂ ਵੀ ਨਹੀਂ ਮਿਹਨਤ ਹੋਈ ਜਿੰਨੀ ਇਹਨੇ ਕੁੜੀਆਂ ਨੇ ਮਿਹਨਤ ਕੀਤੀ। ਸਾਰੇ ਨਗਰ ਨਿਵਾਸੀਆਂ ਨੂੰ ਵਧਾਈਆਂ। ਅਸੀਂ ਪਿੰਡ ਰੂਪੋਵਾਲ ਦੇ ਨਗਰ ਨਿਵਾਸੀ ਅੱਜ ਜੋ ਲੋਕ ਸਭਾ ਦੀਆਂ ਚੋਣਾਂ ਦੇ ਸੰਬੰਧ ਦੇ ਵਿੱਚ ਇਕੱਤਰ ਹੋਏ ਹਾਂ। ਸੋ ਜਿਸ ਤਰ੍ਹਾਂ ਇਹਨਾਂ ਚੋਣਾਂ ਦੇ ਵਿੱਚ ਜਲੰਧਰ ਪਾਰਲੀਮਾਨੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਜੀ 19,000 ਤੋਂ ਵੱਧ ਵੋਟਾਂ ਲੈ ਕੇ ਕਾਮਯਾਬ ਹੋਏ ਨੇ। ਇਹ ਵੋਟਾਂ ਵੱਲੋਂ ਉਹਨਾਂ ਦੇ ਕੰਮਾਂ ਦੀ ਜਿਹੜੀ ਆ ਮੋਹਰ ਲਾਈ ਗਈ ਹੈਗੀ ਆ। ਸੋ ਇਸ ਦੇ ਵਾਸਤੇ ਜਿੱਥੇ ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਉੱਥੇ ਹੀ ਸਾਡੇ ਸਰਪੰਚ, ਐਕਸ ਸਰਪੰਚ ਰਜੀਤ ਸਿੰਘ ਢੇਸੀ ਜੀ, ਸੋ ਜਿਨ੍ਹਾਂ ਨੇ ਦੀ ਅਗਵਾਈ ਦੇ ਵਿੱਚ ਸਮੂਹ ਵਰਕਰਾਂ ਨੇ, ਭੈਣਾਂ ਭਰਾਵਾਂ ਨੇ ਪੂਰੀ ਤਰ੍ਹਾਂ ਜਿਹੜਾ ਰਾਤ ਦਿਨ ਇੱਕ ਦਿਨ ਕਰਕੇ ਉਹਨਾਂ ਨੂੰ ਸਪੋਰਟ ਦਿੱਤੀ ਆ, ਉਹਦੇ ਵਾਸਤੇ ਸਮੂਹ ਵਰਕਰ ਜਿਹੜੇ ਵਧਾਈ ਦੇ ਪਾਤਰ ਆ। ਔਰ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਸਾਡੇ ਸਮਾਜ ਦੇ ਮਸਲੇ ਆ, ਉਹ ਇਹ ਪਿੰਡ ਦੇ ਮਸਲੇ ਆ, ਚੌਧਰੀ ਸਾਹਿਬ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨਗੇ। ਅਸੀਂ ਸਮੂਹ ਪਿੰਡ ਵਾਸੀ, ਸਮੁੱਚੀ ਕਾਂਗਰਸ ਪਾਰਟੀ ਦੇ ਵਰਕਰ, ਸਾਬਕਾ ਸਰਪੰਚ ਤਲਜੀਤ ਸਿੰਘ ਢੇਸੀ ਦੀ ਅਗਵਾਈ ਹੇਠ ਜੋ ਇਲੈਕਸ਼ਨ ਦੇ ਦੌਰ ਦੇ ਵਿੱਚ ਚੱਲ ਰਹੀਆਂ ਇਲੈਕਸ਼ਨ ਚੋਣਾਂ ਦੇ ਵਿੱਚ ਸੰਬੰਧ ਵਿੱਚ ਇਕੱਤਰਿਤ ਹੋਏ ਹਾਂ, ਅਤੇ ਅਸੀਂ ਚੌਧਰੀ ਸਾਹਿਬ ਨੂੰ ਪਿੰਡ ਰੂਪੋਵਾਲ ਵੱਲੋਂ ਵੱਧ ਤੋਂ ਵੱਧ ਵੋਟਾਂ ਦੇ ਕੇ ਸਹਿਯੋਗ ਦਿੱਤਾ ਅਤੇ ਉਹਨਾਂ ਨੂੰ ਜਿਤਾਇਆ। ਅਤੇ ਅਸੀਂ ਆਸ ਕਰਦੇ ਹਾਂ ਕਿ ਚੌਧਰੀ ਸਾਹਿਬ ਸਾਡੀਆਂ ਆਸਾਂ 'ਤੇ ਵੀ, ਅਸੀਂ ਜੋ ਉਹਨਾਂ ਕੋਲ ਮੰਗਾਂ ਲੈ ਕੇ ਜਾਵਾਂਗੇ ਸਾਡੀਆਂ ਮੰਗਾਂ 'ਤੇ ਪੂਰਾ ਉਤਰਨਗੇ। ਤੋ ਅਸੀਂ ਦੁਬਾਰਾ ਫਿਰ ਬੇਨਤੀ ਕਰਦੇ ਹਾਂ ਕਿ ਚੌਧਰੀ ਸਾਹਿਬ ਨੂੰ ਵਧਾਈਆਂ ਦਿੰਦੇ ਹਾਂ।